So here we are on a Friday. ਆਪਾਂ Friday ਆ ਗਏ ਹੈਗੇ ਹਾਂ ਔਰ ਆਪਾਂ ਖੁਦਾ ਦੇ ਘਰ ਦੇ ਵਿੱਚ ਬੈਠੇ ਹੈਗੇ ਹਾਂ ਔਰ ਮੈਨੂੰ ਪਤਾ ਖੁਦਾ ਨੇ ਆਪਾਂ ਨੂੰ ਬਰਕਤ ਦੇਣੀ ਹੈ ਇਸ ਗੇਮ ਨੂੰ ਬਲੈਸ ਅਸ ਬਿਕਾਜ਼ ਹੀ ਇਜ਼ ਅ ਲਿਵਿੰਗ ਗੋਡ ਹਾਲੇਲੂਇਆ ਐਂਡ ਵੀ ਡੂ ਪ੍ਰੇ ਦੈਟ ਐਵਰੀ ਵਨ ਆਫ ਯੂ ਗੋਸ ਹੋਮ ਬਲੈਸਡ ਯੂ ਨੋ ਵਨ ਆਈ ਵਾਸ ਗਰੋਇੰਗ ਅਪ ਜਦੋਂ ਮੈਂ ਜਿੱਦਾਂ ਕਹਿੰਦੇ ਹੁੰਦੇ ਵੀ ਆਪਣੀ ਸੁਰਤ ਫੜੀ ਹੈਗੀ ਆ ਤਾਂ ਦੇਰ ਵਾਸ ਅ ਲੋਟ ਆਫ ਪਲਾਨਸ ਇਨ ਮਾਈ ਲਾਈਫ ਲਾਈਕ ਐਵਰੀਬਡੀ ਐਲਸ ਯੂ ਹੈਵ ਪਲਾਨਸ ਆਈ ਵਾਂਟ ਟੂ ਡੂ ਦਿਸ ਆਈ ਵਾਂਟ ਟੂ ਡੂ ਦੈਟ ਤਾਂ ਜਿਹੜੇ ਮੇਰੇ ਪਲਾਨ ਸੀਗੇ ਜਿਹੜੇ ਮੇਰੇ ਮੋਟਿਵ ਸੀਗੇ ਉਹ ਇਹ ਸੀਗੇ ਕਿ ਮੈਂ ਨੰਬਰ ਵਨ ਬਣਨਾ ਚਾਹੁੰਦਾ ਸੀਗਾ ਸੱਚੀ ਦੈਟਸ ਦ ਟਰੂਥ ਮੈਂ ਛੋਟਾ ਹੁੰਦਾ ਆਪਣੀ ਗਿਟਾਰ ਲੈ ਕੇ ਸਿੱਖਦਾ ਸੀਗਾ ਔਰ ਮੈਂ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਸੀ ਜਿੱਥੇ ਵੀ ਦੁਨੀਆਂ ਦੇ ਵਿੱਚ ਮੇਰੇ ਬਾਪ ਦੀ ਡੈਥ ਬਹੁਤ ਜਦੋਂ ਮੈਂ ਛੋਟਾ ਸੀ ਤਾਂ ਉਦੋਂ ਹੋ ਗਈ ਸੀਗੀ ਤਾਂ ਮੈਂ ਆਪਣੀ ਮਾਂ ਨੂੰ ਪ੍ਰੋਮਿਸ ਕੀਤਾ ਸੀ ਜਿਹੜੇ ਸਾਡੇ ਬਜ਼ੁਰਗ ਆ ਉਹ ਜਾਣਦੇ ਹੈਗੇ ਆ ਇਹਨਾਂ ਨੇ ਮੈਨੂੰ ਦੇਖਿਆ ਵੀ ਹੈਗਾ ਹੈ ਮੇਰੇ ਰੈਕੋਰਡ ਵੀ ਦੇਖਿਆ ਹੈਗਾ ਕਿਉਂਕਿ ਮੈਂ ਆਪਣੇ ਹੱਥਾਂ ਦੇ ਵਿੱਚ ਮੈਂ ਪੜ੍ਹਿਆ ਹੈਗਾ ਇਹਨਾਂ ਨੇ ਮੈਨੂੰ ਦੇਖਿਆ ਹੈਗਾ ਤਾਂ ਮੇਰੀ ਇਹ ਹੁੰਦੀ ਸੀ ਹਮੇਸ਼ਾ ਕਿ ਮੈਂ ਕੁਛ ਨਾ ਕੁਛ ਬਣਨਾ ਹੈਗਾ ਆਈ ਵਾਂਟ ਟੂ ਬਿਕਮ ਸਮਥਿੰਗ ਤਾਂ ਮੈਂ ਆਪਣੀ ਮਾਂ ਨੂੰ ਕਹਿੰਦਾ ਹੁੰਦਾ ਸੀ ਤੇਰਾ ਜਿਹੜਾ ਮੇਰੇ ਬਾਪ ਦਾ ਨਾਂ ਹੈ ਨਾ ਉਹ ਸਾਰੀ ਦੁਨੀਆਂ ਦੇ ਵਿੱਚ ਘੁੰਮੇਗਾ ਦੈਟਸ ਮੈਂ ਤੁਹਾਨੂੰ ਸੱਚਾਈ ਦੱਸਦਾ ਦੈਟਸ ਦੈਟਸ ਵਾਟ ਆਈ ਵਾਂਟਡ ਐਟ ਅ ਵੈਰੀ ਯੰਗ ਏਜ ਆਈ ਵਾਂਟਡ ਟੂ ਡੂ ਦੈਟ ਤਾਂ ਮੇਰੀ ਮਾਂ ਮੇਰੇ ਨਾਲ ਦੇਖ ਕੇ ਹੱਸਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਅੱਛਾ ਤੈਨੂੰ ਖੁਦਾ ਬਰਕਤ ਦੇ ਰਿਹਾ ਸੀ ਦੈਟਸ ਵਾਟ ਸ਼ੀ ਯੂਜ਼ਡ ਟੂ ਸੇ ਟੂ ਮੀ ਕਿ ਖੁਦਾ ਤੈਨੂੰ ਬਰਕਤ ਦੇ ਨੇ ਔਰ ਤੇਰੀ ਜਿਹੜੀਆਂ ਦਿਲੀਆਂ ਦੋਹੀਆਂ ਗ੍ਰਹਿਣੀਆਂ ਹੁੰਦੀਆਂ ਵਿੱਚ ਉਮੀਦਾਂ ਖੁਸ਼ੀਆਂ ਹੈਗੀਆਂ ਉਹ ਪੂਰੀਆਂ ਬਟ ਮਾਈ ਮੋਟਿਵਸ ਵੇਅਰ ਕੰਪਲੀਟਲੀ ਅਗੇਂਸਟ ਵਟ ਸ਼ੀ ਵਾਂਟਡ ਮੀ ਟੂ ਡੂ ਸ਼ੀ ਵਾਂਟਡ ਮੀ ਟੂ ਬਿਕਮ ਅ ਗੁੱਡ ਬੋਏ ਸ਼ੀ ਵਾਂਟਡ ਮੀ ਟੂ ਬੀ ਅ ਵੈਰੀ ਨਾਈਸ loving person but that's not the way the direction of my life took place it went completely the other way main bilkul ulte raste pe chale gaya instead of going to church I was going into nightclubs instead of doing what God wanted me to do I was doing completely the opposite My motives were wrong. I can realize that now, at that particular time. But God brought me back. Hallelujah. Thank you, Jesus. He brought me back. Because when it comes to judging our motives, samjhe na, motives, khyal, the great physician can determine with laser precision the difference between what's healthy in our lives and what needs to be removed. ਜਿਹੜਾ ਆਪਣਾ ਫਿਜ਼ੀਸ਼ੀਅਨ ਹੈਗਾ ਖੁਦਾ ਨੂੰ ਯਸੂ ਸੀ ਉਹ ਬਹੁਤ ਵੱਡਾ ਡਾਕਟਰਾਂ ਦਾ ਡਾਕਟਰ ਹੈ ਉਹ ਡਿਟਰਮਨ ਕਰ ਲੈਂਦਾ ਹੈਗਾ ਪ੍ਰੋਸੀਜਨ ਦੇ ਨਾਲ ਦ ਡਿਫਰੈਂਸ ਬਿਟਵੀਨ ਵਟਸ ਹੈਲਥੀ ਇਨ ਆਰ ਲਾਈਵਸ ਐਂਡ ਵਟ ਨੀਡਸ ਟੂ ਬੀ ਰਿਮੂਵਡ And he's still in the business today of doing that. Amen. What is God's word? Khuda da jehda vachan hai, oh ki hai? What does the Bible say about God's word? Let's look up Hebrews chapter 4 and verse 12 and 13. Hebrews. ਉਹਦਾ ਚੌਥਾ ਬਾਪ ਉਹਦੀ 12ਵੀਂ ਔਰ 13ਵੀਂ ਹੈ ਦੇ ਵਿੱਚ ਪੀਸ ਆਫ ਪੜ੍ਹਨਾ ਹੀਬਰੂਸ sharper than any double-edged sword. It penetrates even to dividing soul and spirit, joints and marrow. It judges the thoughts
attitudes of the heart. Nothing in all creation is hidden from God's sight. Everything is uncovered and laid bare before the eyes of Him to whom we must give account. Amen. And we'll be able to see you as well, which will be nice. ਇਬਰਾਨੀਆਂ ਚੌਥਾ ਬਾਬ 12 ਤੋਂ 13 ਵਰਸ ਕਿਉਂ ਜੋ ਪਰਮੇਸ਼ਵਰ ਦਾ ਬਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ ਬੰਦ ਅਤੇ ਬੁੱਧੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਣ ਦਿੰਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਨਹੀਂ ਹੋਈ ਨਹੀਂ ਪਰ ਜਿਹਨੂੰ ਅਸਾਂ ਲੇਖਾ ਦੇਣਾ ਹੈ ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ ਆਮੇਨ ਨਾਓ ਜਸਟ ਰੀਡਿੰਗ ਦ ਬਾਈਬਲ ਸਮਟਾਈਮਸ ਮੇਕ ਯੂ ਅਨਈਜ਼ੀ ਜਦੋਂ ਕਿ ਇਹ ਆਪਾਂ ਬਾਈਬਲ ਪੜ੍ਹਦੇ ਹੈਗੇ ਆ ਉਹ ਇਦਾਂ ਲੱਗਦਾ ਕਿ ਅਨਈਜ਼ੀ ਜਿਹਾ ਬੰਦਾ ਹੋ ਜਾਂਦਾ ਹੈਗਾ ਕਿਉਂ ਜਸਟ ਦ ਸਰਮਨ ਸਮਟਾਈਮਸ ਫੀਲ ਲਾਈਕ ਇਟਸ ਡਾਇਰੈਕਟਡ ਐਟ ਯੂ ਯੈਸ ਯੈਸ Why? Because the word of God is sharper than any double-edged sword. It penetrates even to dividing soul and spirit. Nothing in creation is hidden from God's sight. Amen. Everything is uncovered before Him to whom we must give an account. Amen. You can risk an amen to that. Amen. ਇਹਦਾ ਮਤਲਬ ਜੋ ਕੁਛ ਵੀ ਆਪਾਂ ਕਰਦੇ ਹੈਗੇ ਜੋ ਕੁਛ ਵੀ ਆਪਾਂ ਸੋਚਦੇ ਹੈਗੇ ਜੋ ਕੁਛ ਵੀ ਆਪਣਾ ਮੋਟਿਵ ਹੈਗਾ ਹੈ ਜੋ ਕੁਛ ਵੀ ਇਟ ਹੈਸ ਟੂ ਬੀ ਗਿਵਨ ਐਨ ਅਕਾਊਂਟ ਇਹਦਾ ਅਕਾਊਂਟ ਆਪਾਂ ਨੂੰ ਕਰਨਾ ਪੈਣਾ ਕਿ ਉਹ ਨੰਗਾ ਕਰ ਦੇਣਾ ਹੈਗਾ ਇੱਕ ਦਿਨ ਆਪਾਂ ਖੜੇ ਹੋ ਜਾਣਾ ਜੋ ਕੁਛ ਆਪਾਂ ਸੋਚਿਆ ਜੋ ਕੁਛ ਆਪਾਂ ਕਿਹਾ ਹੈਗਾ ਜੋ ਕੁਛ ਆਪਾਂ ਪਲਾਨ ਕੀਤਾ ਹੈਗਾ ਉਹ ਸਾਰਾ ਹੀ ਇੱਕ ਅਕਾਊਂਟ ਆਪਾਂ ਨੂੰ ਦੇਣਾ ਪੈਣਾ Now we've just read that it's sharper than any double-edged sword. You know, some of you may remember that I was suffering last year with my eyesight. Medically sajji akh sigi main suffer kar raha sila. I was suffering, I couldn't read. I had to get my right eye lens replaced. I had to go through cataract surgery. ਤਾਂ ਮੈਂ ਕਈਆਂ ਨੂੰ ਪੁੱਛਦਾ ਯਾਰ ਕਿੰਨੀ ਕੁ ਦਰਦ ਪੈਂਦੀ ਹੈਗੀ ਜਦੋਂ ਤੁਸੀਂ ਸਰਜਰੀ ਕਰਦੇ ਹੈਗੇ ਆ ਬਿਕੋਜ਼ ਆਈਵ ਨੈਵਰ ਬੀਨ ਅੰਡਰ ਦ ਸਕੈਲਪੋ ਮੈਂ ਕਦੀ ਮੇਰਾ ਆਪਰੇਸ਼ਨ ਨਹੀਂ ਹੋਇਆ ਸੀ ਤਾਂ ਮੈਂ ਸੋਚਦਾ ਸੀ ਕਿ ਇਹ ਕਿੱਦਾਂ ਹੋਊਗਾ ਐਵਰੀ ਡੇ ਆਈ ਹੈਡ ਟੂ ਸਿਟ ਇਨ ਫਰੰਟ ਆਫ ਮਾਈ ਲੈਪਟਾਪ ਸੋ ਆਈ ਹੈਡ ਟੂ ਹੈਵ ਮਾਈ ਆਈਸਾਈਟ ਰਾਈਟ ਸੋ ਵਿਦ ਮਾਈ ਫੇਲਿੰਗ ਆਈਸਾਈਟ I had to do something about it. Mainu kuch na kuch karna pena siga. And that was the procedure was to have an operation. It was a very delicate operation. Jinna da eh procedure hoya hega, unna nu pata hega ki it is a very delicate operation requiring a surgeon to cut just at the right point. ਜਿੱਦਣ ਮੇਰੇ ਉਹਨਾਂ ਨੇ ਦੋ ਟੀਕੇ ਲਾਏ ਮੈਨੂੰ ਤਾਂ ਆਈ ਡਿਡਨਟ ਨੋ ਵੇਅਰ ਆਈ ਵਾਜ਼ ਮੈਂ ਸੋਚ ਸੋਚ ਕੇ ਪਾਗਲ ਹੋ ਗਿਆ ਸੀ ਯਾਰ ਟੀਕੇ ਲੱਗਣੇ ਹੈਗੇ ਆ ਤੇ ਵੀ ਕਿੱਦਾਂ ਮੈਂ ਕੰਪੋਪ ਕਰੂੰਗਾ ਅੱਖ ਦੇ ਵਿੱਚ ਤੁਹਾਨੂੰ ਪਤਾ ਕੁਛ ਵੀ ਪੈ ਜਾਵੇ ਤਾਂ ਉਹਦੇ ਲੜਕੀ ਰਹਿੰਦੀ ਹੈਗੀ ਹੈ ਤਾਂ ਵੀ ਇੱਥੇ ਟੀਕੇ ਲੱਗਣੇ ਆ ਤਾਂ ਮੈਂ ਇਹਨੂੰ ਕਿੱਦਾਂ ਸਰਵਾਈਵ ਕਰੂੰਗਾ ਬਟ ਦ ਸਰਜਨ ਵਾਸ ਸੋ ਗੁੱਡ ਹੀ ਸੈਡ ਡੋਨਟ ਵਰੀ ਮਿਸਟਰ ਚੁਰਾਜੀ I will look after you. He was confident. He could do it. But I was nervous. He did an excellent job, I must say. Because jadon main gaya, tab unna ne mainu jadon operation kita, it was a 20-minute operation. And mainu pata nahi laga. I praise God that the surgeon knew what he was doing. But when I'm in the Sahajan, the word of God is delicate and precise as a surgical surgeon can skillfully remove an eye lens from your eye. Amen. Amen.
He operates with perfection. ਉਹ ਬੜੀ perfection ਦੇ ਨਾਲ ਤੁਹਾਡੇ ਉੱਤੇ operate ਕਰਦਾ ਹੈ. He slices away bad attitudes in your life. Mm-hmm. He slices away the thoughts, the motives, and the actions, laying us open to listen and obey. Jadon main us operating table te gaya si, I had no other choice but to obey what the surgeon was telling me to do. Oh, main kehnda si itna to main itna karda si, I had no other choice. And you know, the word of God is exactly that. When God speaks to you, it's for a purpose. To bring your life into conformity to Christ. And your response should always be, search me, O God, and know my heart. Amen. Can we say a lot of things? But can you say that? God, you know my heart. Nobody knows you better than your God. Psalm 139, verse 23. Search me, O God, and know my heart. Kyon from the heart stems everything. Jo kuch bhi hai, wo dilon apne shuruaat ki hai. We're going to pass it by Psalm 139, verse 23, if you can. Psalm 139, verse 23. Pardon, I don't understand. Hey, Parmeshwar, minu parakh, ate mere dil nu jaan. Minu jaaj, ate mere khyala nu jaan. Ate vekh kite mere dil vich koi phaadi chaalda nahi. Ate sadeepak raah vich meri agwai kar. Amen. So let the word of God highlight the areas in your life that need work on. Search me, O God, and know my heart. Test me and know my anxious thoughts. See if there is any offensive way in me, and lead me in the way everlasting. Amen. So, let the word of God highlight the areas in your life that need work on. ਕੋਈ ਕਹਿ ਨਹੀਂ ਸਕਦਾ ਇੱਥੇ ਬੈਠਾ ਕੋਈ ਵੀ ਬੰਦਾ ਕਿ ਉਹਨਾਂ ਦੀ ਜ਼ਿੰਦਗੀ ਬਿਲਕੁਲ ਬਿਲਕੁਲ ਖੁਦਾ ਦੇ ਵਚਨ ਦੇ ਨਾਲ ਚੱਲ ਰਹੀ ਹੈਗੀ ਤਾਂ ਬਿਲਕੁਲ ਠੀਕ ਠਾਕ ਆ ਆਪਾਂ ਸਾਰੇ ਗੁਨਾਹਗਾਰ ਹਾਂ ਆਪਾਂ ਸਾਰੇ ਗੁਨਾਹ ਦੇ ਵਿੱਚੋਂ ਆਏ ਹੈਗੇ ਹਾਂ ਔਰ ਖੁਦਾ ਦਾ ਜਿਹੜਾ ਵਚਨ ਉਹ ਸੱਚਾ ਹੈਗਾ ਔਰ ਉਹਦੇ ਨਾਲ ਹੀ ਆਪਾਂ ਨੂੰ ਚੱਲਣਾ ਪੈਣਾ ਹੈਗਾ ਸੋ ਵੀ ਨੀਡ ਟੂ ਲੁੱਕ ਇਨ ਟੂ ਆਰਸੈਲਵਸ ਡੋਂਟ ਰਨ ਫਰੋਮ ਦ ਪ੍ਰੋਸੈਸ ਦੌੜੋ ਨਾ ਰਿਮੈਂਬਰ ਵੈਨ ਗਾਡ ਸਟੈਪਸ ਇਨ ਐਂਡ ਕਰੈਕਟਸ ਯੂ He wounds, but he also dresses the wound. Amen. Thank you. It's beautiful, isn't it? Mm. He wounds you, but he also dresses the wound. The same hand that hurts you heals you. Amen. Job chapter 5, verses 17 and 18. Job chapter 5, verses 17 and 18. And in English, blessed is the man whom God corrects. So do not despise the discipline of the Almighty. For he wounds, but he also binds up. He injures, but his hands also heal. Amen, dozo. ਬਹੁਤ ਹੀ ਡੂੰਘੇ ਲਫ਼ਜ਼ ਹੈਗੇ ਖੁਦਾ ਦੇ ਵਚਨ ਦੇ ਵਿੱਚ ਕਿ ਜਿਹੜਾ ਆਪਾਂ ਨੂੰ ਕੱਟ ਕਰ ਸਕਦਾ ਨਾ ਵੀ ਆਹ ਪਾਸਾ ਇਹਨੂੰ ਆਪਾਂ ਕੱਟ ਦੇਈਏ ਉਹ ਜੋੜ ਵੀ ਸਕਦਾ ਹੈਗਾ ਉਹ ਤੁਹਾਨੂੰ ਜ਼ਿੰਦਗੀ ਦੇ ਸਕਦਾ ਹੈਗਾ ਗੋਡ ਮੀਨਸ ਵਾਟ ਹੀ ਸੇਜ਼ ਹਾਊ ਮੈਨੀ ਯੂ ਬਲੀਵ ਦੈਟ ਖੁਦਾ ਜੋ ਕੁਛ ਕਹਿੰਦਾ ਹੈਗਾ ਹੀ ਮੀਨਸ ਇਟ ਇਨ ਯੋਰ ਲਾਈਫ ਵਾਟ ਹੀ ਸੇਜ਼ ਗੋਜ਼
ਜੋ ਕੁਝ ਖੁਦਾ ਕਹਿੰਦਾ ਹੈਗਾ ਇਟ ਗੋਜ਼ ਇਨ ਯੋਰ ਲਾਈਫ ਹਿਸ ਪਾਵਰਫੁਲ ਵਰਡ ਇਜ਼ ਸ਼ਾਰਪ ਐਜ਼ ਅ ਸਰਜਨ ਸਕੈਲਪਲ ਜਿਹਨਾਂ ਨਾਲ ਡਾਕਟਰਸ ਆਪਰੇਸ਼ਨ ਕਰਦੇ ਹੈਗੇ ਜਿਹੜੇ ਉਹਨਾਂ ਦੀ ਸਕੈਲਪਲ ਹੁੰਦੀ ਹੈ ਨਾ ਉਹ ਇੰਨੀ ਤੇਜ਼ ਹੁੰਦੀ ਹੈ ਕਿ ਜਿਹਦਾ ਕੋਈ ਹਿਸਾਬ ਨਹੀਂ ਪਰ ਜਿਹੜਾ ਖੁਦਾ ਦਾ ਬਚਨ ਹੈ ਉਹ ਉਦੋਂ ਵੀ ਜ਼ਿਆਦਾ ਤੇਜ਼ ਹੈ ਬਿਕਾਜ਼ ਇਟ ਕੱਟਸ ਥਰੂ ਐਵਰੀਥਿੰਗ ਵੈਦਰ ਇਟਸ ਡਾਊਟ ਵੈਦਰ ਇਟਸ ਡਿਫੈਂਸ ਵੈਦਰ ਇਟਸ ਜੈਲਸੀ ਵੈਦਰ ਇਟਸ ਹੇਟਰਡ ਵੈਦਰ ਇਟਸ ਵਾਟਐਵਰ ਇਟ ਇਜ਼ ਲੇਇੰਗ ਅਸ ਓਪਨ ਟੂ ਲਿਸਨ ਐਂਡ ਅਬੇ ਵੀ ਕਾਂਟ ਗੈਟ ਅਵੇ ਫਰੋਮ ਇਟ ਨੋ ਮੈਟਰ ਵਾਟ ਆਮ ਟੈਲਿੰਗ ਯੂ ਦਿਸ ਜਿੱਥੇ ਮਰਜ਼ੀ ਚਲ ਜਾਓ ਖੁਦਾ ਦਾ ਬਚਨ ਉਹੀ ਹੈਗਾ ਯੂ ਕਾਂਟ ਗੈਟ ਅਵੇ ਫਰੋਮ ਗੋਡ ਹਿਸ ਵਰਡ ਇਜ਼ ਟਰੂ ਐਂਡ ਇਟ ਇਜ਼ ਸ਼ਾਰਪਰ ਦੈਨ ਅ ਡਬਲ-ਐਜਡ ਸਵੋਰਡ ਸੋ ਟੁਡੇਜ਼ ਵਰਡ ਗੋਡਸ ਵਰਡ ਉਹਦੀ ਤਲਵਾਰ ਹੈ ਖੁਦਾ ਦਾ ਬਚਨ ਹੈ ਸਟਰੈਂਥਨਸ ਅਸ ਇਟ ਸਪੋਰਟਸ ਅਸ ਇਟ ਰੀਇਨਫੋਰਸਿਸ ਅਸ ਕੀ ਕਰਦਾ ਹੈਗਾ ਆਪਾਂ ਨੂੰ ਤਕੜਾ ਬਣਾਉਂਦਾ ਹੈ ਆਪਾਂ ਨੂੰ ਜਦੋਂ ਆਪਾਂ ਡਿੱਗੇ ਹੋਏ ਆਪਾਂ ਨੂੰ ਸਪੋਰਟ ਕਰਦਾ ਹੈ ਜਦੋਂ ਆਪਾਂ ਨੂੰ ਕੋਈ ਮਦਦ ਚਾਹੀਦੀ ਹੈਗੀ ਉਹ ਰੀਇਨਫੋਰਸ ਕਰਦਾ ਆਪਣੇ ਪਿੱਛੇ ਆ ਕੇ ਹਾਊ ਮੈਨੀ ਆਫ ਯੂ ਬਿਲੀਵ ਤੁਸੀਂ ਤੈਨੂੰ ਪਤਾ ਹੈਗਾ ਮੁਸ਼ਕਲਾਂ ਤਾਂ ਕਿਤੇ ਨਹੀਂ ਆਏ ਸਮ ਟਾਈਮ ਜਸਟ ਅਬਾਊਟ 3 ਵੀਕਸ ਅਗੋ ਆਈ ਪ੍ਰੀਚਡ ਸਮ ਟ੍ਰਬਲ ਟ੍ਰਬਲ ਕਮਸ ਔਨ ਏਵਰੀਬਾਡੀ ਬਟ ਦ ਵਰਡ ਆਫ ਗੋਡ ਉਹ ਤਾਂ ਇਦਾਂ ਅਲਾਈਵ ਹੈ ਕਿ ਦੈਟ ਇਟ ਕਮਸ ਐਂਡ ਇਟ ਹੈਲਪਸ ਯੂ and it's always there and it supports you it is more than what anybody else that the maa ja baap ja behan ja bra ja pastor ja reverend kuch bhi hai ga nobody can help you only the word of god will help you why because the word of god is living and it's powerful and it's sharper than any two edged sword amen god's word sanitizes it disinfects it cleans it washes us it even pierces us even to the division of the soul and spirit and of joints and of marrow kinna dunga hai ye khuda ka vachan je aap sirf apna man ek passe rakhiye aur sochiye aur aap inu develop kariye it will reach the inner parts of your life. God's word purifies us, approves us, it blesses us, and it is a discerner of the thoughts and the intentions of the heart. ਉਹਨੂੰ ਪਹਿਲੇ ਪਤਾ ਲੱਗ ਜਾਂਦਾ ਵੀ ਬੰਦਾ ਕੀ ਸੋਚਦਾ ਹੈ ਕੀ ਨਹੀਂ ਕਰਦਾ ਸੋ ਆਪਾਂ ਬਾਲੇ ਕਲੈਫਰ ਨਹੀਂ ਬਣ ਸਕਦੇ ਹੈਗੇ ਕਿ ਜਿਹੜਾ ਆਪਣਾ ਮੇਕਰ ਹੈ ਨਾ ਉਹਨੇ ਤੈਨੂੰ ਬਣਾਇਆ ਹੈਗਾ He knows your thoughts. He knows what you're doing. Before you even step out, you know what you know. You know what you know, you know what you know. He knew. You know what you know. God's word sees, it observes, it perceives, and it distinguishes. And you know what? There is no creature hidden from His sight. Bandiyan nu to chhaddo ko janwar jaan. ਜਿਹੜਾ ਉਹਦੀਆਂ ਅੱਖਾਂ ਤੋਂ ਛੁਪਿਆ ਹੋਇਆ ਹੈ ਉਹਨੂੰ ਪਤਾ ਹੈ ਗੋਡਸ ਵਰਡ ਸਿਫਟਸ ਇਟ ਫਿਲਟਰਸ ਇਟ ਸੈਪਰੇਟਸ ਇਟ ਸੋਰਟਸ ਆਊਟ ਇਟ ਐਗਜ਼ਾਮਿਨਸ ਐਂਡ ਇਟ ਸ਼ੋਜ਼ ਐਂਡ ਇਟ ਐਕਸਪੋਜ਼ਸ ਐਂਡ ਰਿਫੀਲਸ ਐਂਡ ਇਟ ਕਨਫਰਮਸ ਜੋ ਕੁਝ ਆਪਾਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਐਂਡ ਦੈਟ ਜਸਟ ਇਜ਼ਨਟ ਫੋਰ ਮੀ ਔਰ ਯੂ ਇਟ ਇਜ਼ ਫੋਰ ਐਵਰੀਬਾਡੀ ਸਾਰਿਆਂ ਲਈ ਬਟ ਆਲ ਥਿੰਗਸ are naked and open to the eyes of whom to whom we must give an account ek din tapan nu saaf dena padna hai ji ek din to dena padna hai ode mohre ja ke apan nu saaf dena padna aur utthe sab kuch samne aa jana hai jo kuch bhi hai so perceive nahi karna chahiye sochna nahi chahiye ki offline ne idda socha no everything is going to be laid in front of us So if you're dealing with a broken heart today, if you're dealing with confusion, if you're dealing with anger, stay under the knife. Stay under it. If you're dealing with low self-esteem, if you're dealing with family drama, if you're messed up, if your marriage is messed up, if your job's going, stay under the knife. Life ki hai,
And if you're dealing with childhood emotional scars or even financial problems, health issues, stay underneath the knife. Stay under the Word of God. If you're dealing with soul ties, if you're dealing with secret sins, if you're dealing with legal issues, if you're going through those problems, stay under the knife. Stay under the Word of God. Whatever you're going through, jo kuch bhi tusi aaj situation de vich jidda di situation de vich vi tusi ja rahe hai, all you got to do is put it underneath the knife. What is the knife? The Word of God. Because God's Word is the only thing that we can trust. It's the only thing that will work for us. Finally, your Word is a lamp for my feet, a light on my path. I have taken an oath and confirmed it that I will follow your righteous laws. ਜਦੋਂ ਆਪਾਂ ਕੋਈ ਵੀ ਬੰਦਾ ਜਦੋਂ ਖੁਦਾ ਯਿਸੂ ਮਸੀਹ ਨੂੰ ਜ਼ਿੰਦਗੀ ਦਿੰਦਾ ਹੈਗਾ, ਉਦੋਂ ਆਪਾਂ ਡਿਸੀਜਨ ਬਣਾ ਲੈਂਦੇ ਹੈਗੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਹੈ ਖੁਦਾ ਦੇ ਕਾਨੂੰਨ, ਖੁਦਾ ਦੇ ਹਿਸਾਬ ਨਾਲ, ਉਹਦੇ ਹੁਕਮਾਂ ਨਾਲ ਅਸੀਂ ਚੱਲਣਾ ਹੈਗਾ। ਐਂਡ ਜੇ ਤੁਸੀਂ ਨਹੀਂ ਚੱਲਣਾ, ਦੈਟਸ ਅਪ ਟੂ ਯੂ। ਆਪਾਂ ਨੂੰ ਸਾਰਿਆਂ ਨੂੰ ਵੀ ਹੈਵ ਅ ਫ੍ਰੀ ਚੋਇਸ। But remember, my brothers and sisters, that today we have to think that everything, whatever it is, it will be unveiled. May the Lord bless you. Thank you. Pastor Peter, would you come and close the meeting? David said, your word, Psalmist David, this was, not David the drummer. Your word have I hid in my heart, that I might not sin against you. And I remember, as Daniel was sharing, my old pastor saying two things about the Bible. The Bible will keep you from sin, and sin will keep you from the Bible. If you're finding it hard to read the Bible, there's a reason. Because it's our spiritual food, that's how God speaks to me, and that's how God speaks to you. So we really need to get into the Word, because heaven and earth will pass away, but the Word of the Lord will endure forever. Amen. Never forget that. It's the only eternal thing that we have in our possession on this earth, is the everlasting Word of Almighty God. Not one jot, not one tittle, not one dot on the I, not one cross on the T will pass away until it's all being fulfilled. Amen. Amen. And thank God that the Word became flesh. Hallelujah. And dwelt among us. Isn't that amazing? Yes. So we thank you, Lord. I thank you for your Word. And you know, as I'm shutting my eyes, I can see a bookshelf at home, and I've got so many Bibles on that bookshelf. What's the point of Bibles on a bookshelf if I never open them? When there's other people in the world don't have a Bible. Some just have one book in the Bible. Some only have one page in the Bible. So don't take it lightly that we have the Word of God in a language we can understand. People gave their lives so we could have the Bible translated into a language we can understand. How amazing is that? Increase our desire for your Word. Increase our appetite for your Word. Make us hungry. Blessed are those who hunger and thirst. They will be satisfied. So give us a hunger for your Word, Lord, that it won't just be a ritual of a chapter every day or whatever it might be, but we'll be hungry for your Word. Feed us with your Word, Lord. Lead us with your Word. Amen. Protect us with your Word. In Jesus' mighty name. We pray a blessing on every home that's connected with our church, and we pray that in every one of our homes, the Word of God will be an open book. Not a flower pot stand. Yes, Lord. Not something gathering dust on a shelf, but an open book which is read.
I pray that in Jesus' name. Amen. We pray that you will bless our fellowship together. Bless those who prepare our food, Lord. Thank as you, we Lord. Share this time, let's encourage one another. Yes, mighty God. You know, if there's one thing I'm finding is people feel discouraged, not just in our church, but I've been visiting another ministry this afternoon, and they are so discouraged. The enemy is pretty good at discouraging us. So we pray, oh God, that you would help us to be encouraged as we share fellowship together, to build each Amen. Other, Hallelujah. To glorify you, in Jesus' mighty name. Amen. Let's say the Lord's Prayer. तेरा नाम पाक मनाया तेरी बात शांत तेरी मर्जी जैसे आसमान पर पूरी हो जमीन पर भी हो हमारे रोज की रोटी आज हमें बख्श जिस तरह हम कसूरों को माफ करते हैं तू भी हमारे कसूरों को माफ हमें आजमाइश में खुल बल्कि राइश से बचा क्योंकि बादशाह कुदरत और जलाल हमेशा सत्य आमीन आमीन